ਸਮੂਹ ਮਾਪਿਆਂ ਨੂੰ ਆਕਸਫੋਰਡ ਵੱਲੋਂ ਸਤਿ ਸ਼੍ਰੀ ਅਕਾਲ। ਜਿਵੇਂ ਤੁਸੀਂ ਆਕਸਫੋਰਡ ਦੀਆਂ ਬਾਕੀ ਸਹੂਲਤਾਂ ਦਾ ਆਨੰਦ ਮਾਣ ਰਹੇ ਹੋ, ਉਸੇ ਤਰ੍ਹਾਂ ਤੁਹਾਡੀ ਸਹੂਲਤ ਦੇ ਲਈ ਆਕਸਫੋਰਡ ਸਕੂਲ ਨੇ ਇੱਕ ਸਮਾਰਟਫੋਨ ਐਪ ਤਿਆਰ ਕੀਤੀ ਹੈ। ਇਹ ਐਪ ਤੁਹਾਨੂੰ ਬੱਚੇ ਦੀ ਜਾਣਕਾਰੀ, ਫੀਸ ਬਾਰੇ, ਸਿਲੇਬਸ ਬਾਰੇ ਅਤੇ ਹੋਰ ਗਤੀਵਿਧੀਆਂ ਬਾਰੇ ਸਾਰੀ ਜਾਣਕਾਰੀ ਦੇਵੇਗੀ। ਸੋ ਜ਼ਿਆਦਾ ਸਮਾਂ ਨਾ ਰਹਿੰਦਾ ਹੋਇਆ ਆਓ ਆਪਾਂ ਸ਼ੁਰੂ ਕਰਦੇ ਹਾਂ ਕਿ ਇਸ ਐਪ ਨੂੰ ਤੁਸੀਂ ਆਪਣੇ ਫੋਨ ਦੇ ਵਿੱਚ ਕਿਵੇਂ ਇੰਸਟਾਲ ਕਰਨਾ। ਸਭ ਤੋਂ ਪਹਿਲੇ ਤੁਸੀਂ ਐਪਸ ਖੋਲ੍ਹਣਾ ਹੈ, ਔਰ ਜਦੋਂ ਸਾਰੀਆਂ ਐਪਸ ਤੁਹਾਨੂੰ ਦੇਖਣ ਲੱਗ ਜਾਣ ਤਾਂ ਸਭ ਤੋਂ ਪਹਿਲੇ ਤੁਸੀਂ ਪਲੇ ਸਟੋਰ 'ਤੇ ਜਾਣਾ ਹੈ। ਪਲੇ ਸਟੋਰ ਜਿਵੇਂ ਤੁਹਾਨੂੰ ਪਤਾ ਹੀ ਹੈ ਕੋਈ ਨਵੀਂ ਚੀਜ਼ ਨਹੀਂ ਹੈ, ਸਾਰੇ ਇਸ ਤੋਂ ਜਾਣੂ ਨੇ। ਇਸ ਦੇ ਉੱਪਰ ਜਾਣਾ ਔਰ ਉਸ ਤੋਂ ਬਾਅਦ ਇਸ ਨੂੰ ਖੋਲ੍ਹ ਲੈਣਾ ਤੁਸੀਂ। ਫਿਰ ਇਸ ਦੇ ਵਿੱਚ ਸਭ ਤੋਂ ਉੱਪਰ ਤੁਸੀਂ ਟਾਈਪ ਕਰਨਾ ਹੈ, ਇੱਥੇ ਲਿਖਣਾ ਹੈ TOSE ਸਪੇਸ ਦੇ ਕੇ ਭਗਤਾ। ਜਦੋਂ ਤੁਸੀਂ ਇਸ ਤਰ੍ਹਾਂ ਟਾਈਪ ਕਰ ਦਿਓਗੇ ਨੀਚੇ ਵੀ ਦਿਖਾ ਦੇਗਾ, ਔਰ ਉਸ ਤੋਂ ਬਾਅਦ ਤੁਸੀਂ ਇਸ ਦੇ ਨੀਚੇ ਦੇ ਉੱਪਰ ਕਲਿੱਕ ਕਰਨਾ। ਫਿਰ ਤੁਹਾਨੂੰ ਉੱਥੇ ਦਿਖੇਗਾ ਟੋਸ ਭਗਤਾ, ਸਭ ਤੋਂ ਪਹਿਲੇ ਤੁਹਾਨੂੰ ਇਹ ਆਈਕੋਨ ਦਿਖੇਗਾ। ਇਹ ਜਿਹੜੀ ਐਪ ਹੈ ਇਹ ਤੁਹਾਡੇ ਬੱਚੇ ਲਈ ਬਣਾਈ ਗਈ ਹੈ, ਔਰ ਇਹਨੂੰ ਤੁਸੀਂ ਆਪਣੇ ਫੋਨ ਦੇ ਵਿੱਚ ਇੰਸਟਾਲ ਕਰ ਲੈਣਾ। ਇਸ ਦੇ ਉੱਪਰ ਕਲਿੱਕ ਕਰਨਾ, ਫਿਰ ਤੁਹਾਡੇ ਸਾਹਮਣੇ ਇਹ ਸਕਰੀਨ ਖੁੱਲ੍ਹ ਜਾਏਗੀ। ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹੀ ਜੋ ਆਪਾਂ ਪਹਿਲੇ ਦੇਖਿਆ ਸੀਗਾ ਪਹਿਲੀ ਸਲਾਈਡ ਦੇ ਵਿੱਚ, ਇਹਦੇ ਵਿੱਚ ਸਭ ਕੁਝ ਦਿਖੇਗਾ ਤੁਹਾਨੂੰ। ਹਾਂਜੀ, ਜੇਕਰ ਤੁਸੀਂ ਆਈਫੋਨ ਯੂਜ਼ਰ ਹੋ ਤਾਂ ਤੁਹਾਨੂੰ ਆਪਣੀਆਂ ਐਪਸ ਦੇ ਵਿੱਚ ਐਪ ਸਟੋਰ ਖੋਲ੍ਹਣਾ ਹੈ। ਇਹ ਜਿਵੇਂ ਤੁਸੀਂ ਦੇਖ ਰਹੇ ਹੋ ਕਾਲੇ ਗੋਲੇ ਦੇ ਵਿੱਚ ਇਹ ਐਪ ਸਟੋਰ, ਤੁਸੀਂ ਇਸ ਦੇ ਉੱਪਰ ਟੈਪ ਕਰਨਾ। ਜਦੋਂ ਇਹ ਤੁਹਾਡੇ ਸਾਹਮਣੇ ਐਪ ਸਟੋਰ ਖੁੱਲ੍ਹ ਜਾਂਦਾ ਹੈ ਉਸ ਸਮੇਂ ਤੁਸੀਂ ਬਿਲਕੁਲ ਉੱਪਰ ਸਰਚ ਬਾਰ ਦੇ ਵਿੱਚ ਸਰਚ ਕਰਨਾ ਹੈ, ਲਿਖਣਾ ਹੈ ਉਸੇ ਤਰ੍ਹਾਂ ਹੀ ਟੋਸ ਸਪੇਸ ਭਗਤਾ। ਇਸ ਤਰ੍ਹਾਂ ਜਦੋਂ ਤੁਸੀਂ ਸਰਚ ਕਰੋਗੇ ਤੁਹਾਡੇ ਸਾਹਮਣੇ ਇਹ ਐਪ ਖੁੱਲ੍ਹ ਜਾਏਗੀ। ਉਹੀ ਐਪ ਹੈ ਜੋ ਤੁਸੀਂ ਪਹਿਲਾਂ ਦੇਖ ਚੁੱਕੇ ਹੋ। ਇਸ ਐਪ ਨੂੰ ਤੁਸੀਂ ਦੇਖ ਸਕਦੇ ਹੋ ਇੱਥੇ, ਜਿਵੇਂ ਤੁਹਾਨੂੰ ਇਹ ਸਰਕਲ ਕਰਕੇ ਦਿਖਾ ਰਹੇ ਹਾਂ ਅਸੀਂ। ਇੱਥੇ ਤੁਸੀਂ ਲਿਖਿਆ ਦੇਖੋਗੇ ਇੰਸਟਾਲ ਬਟਨ। ਇਹ ਜਿਹੜਾ ਇੰਸਟਾਲ ਬਟਨ ਹੈ, ਜਦੋਂ ਤੁਸੀਂ ਇਸ ਦੇ ਉੱਪਰ ਕਲਿੱਕ ਕਰੋਗੇ ਇਹ ਐਪ ਤੁਹਾਡੇ ਫੋਨ ਦੇ ਵਿੱਚ ਇੰਸਟਾਲ ਹੋ ਜਾਏਗੀ। ਤੁਸੀਂ ਦੇਖ ਸਕਦੇ ਹੋ ਇਹ ਇੰਸਟਾਲ ਹੋ ਰਹੀ ਹੈ। ਇਹ ਦੇਖੋ ਇੰਸਟਾਲਿੰਗ ਦਾ ਮੈਸੇਜ ਆ ਰਿਹਾ ਹੈ। ਇਹ ਐਪ ਤੁਸੀਂ ਇੱਥੋਂ ਵੀ ਓਪਨ ਕਰ ਸਕਦੇ ਹੋ, ਇੱਥੋਂ ਵੀ ਇਹਨੂੰ ਖੋਲ੍ਹ ਸਕਦੇ ਹੋ, ਪਰ ਆਪਾਂ ਇਹਨੂੰ ਤੁਹਾਡੇ ਫੋਨ ਦੇ ਵਿੱਚ ਦਿਖਾਉਂਦੇ ਹਾਂ ਕਿ ਕਿੱਥੇ ਚਲੀ ਗਈ ਹੈ। ਇਹ ਐਪ ਤੁਹਾਨੂੰ ਇੱਥੇ ਤੁਹਾਡੇ ਫੋਨ ਦੇ ਵਿੱਚ ਇਸ ਤਰ੍ਹਾਂ ਦਿਖਾਈ ਦੇਵੇਗੀ। ਇਹ ਉਹ ਐਪ ਹੈ ਜਿਹੜੀ ਤੁਹਾਡੇ ਫੋਨ ਦੇ ਵਿੱਚ ਇੰਸਟਾਲ ਹੋ ਚੁੱਕੀ ਹੈ। ਹੁਣ ਇੰਸਟਾਲ ਕਰਨ ਤੋਂ ਬਾਅਦ ਅਗਲਾ ਕਦਮ ਕੀ ਹੈ, ਅਸੀਂ ਇਸ ਐਪ ਨੂੰ ਖੋਲ੍ਹਣਾ ਹੈ। ਇਹ ਤੁਹਾਡੇ ਤੋਂ ਕੁਛ ਜਾਣਕਾਰੀਆਂ ਮੰਗੇਗੀ, ਕੁਛ ਆਗਿਆ ਮੰਗੇਗੀ, ਔਰ ਇਹ ਆਗਿਆ ਜਿਹੜੀ ਹੈਗੀ ਹੈ ਤੁਸੀਂ ਇਹਨੂੰ ਦੇ ਦੇਣੀ ਹੈ, ਅਲਾਓ ਕਰ ਦੇਣਾ। ਇਹ ਡਿਵਾਈਸ ਦੀ ਲੋਕੇਸ਼ਨ, ਤੁਸੀਂ ਕਿਹੜੇ ਪਿੰਡ ਤੋਂ ਹੋ ਉਹ ਵੀ ਤੁਹਾਡੇ ਤੋਂ ਪੁੱਛੇਗੀ। ਤੁਸੀਂ ਇਸ ਦੇ ਵਿੱਚ ਪਿਕਚਰਸ, ਰਿਕਾਰਡਿੰਗ, ਵੀਡੀਓ ਜੋ ਵੀ ਸਕੂਲ ਵੱਲੋਂ ਆਏਗੀ ਉਹ ਸਾਰੀ ਤੁਸੀਂ ਇਸ ਦੇ ਵਿੱਚ ਦੇਖ ਸਕਦੇ ਹੋ, ਤੁਸੀਂ ਇਸ ਨੂੰ ਵੀ ਅਲਾਓ ਕਰ ਦੇਣਾ। ਫਿਰ ਤੁਹਾਡੇ ਸਾਹਮਣੇ ਇਹ ਸਕਰੀਨ ਖੁੱਲ੍ਹੇਗੀ। ਇਹ ਸਕਰੀਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਨੀਚੇ ਲਿਖਿਆ ਹੋਇਆ ਹੈ ਰਜਿਸਟਰ ਨਾਓ। ਇਹ ਰਜਿਸਟਰ ਨਾਓ 'ਤੇ ਸਭ ਤੋਂ ਪਹਿਲਾਂ ਜਿਹੜੇ ਵੀ ਮਾਪੇ ਪਹਿਲੀ ਵਾਰ ਰਜਿਸਟਰ ਕਰ ਰਹੇ ਨੇ ਉਹਨਾਂ ਦੇ ਲਈ ਹੈ। ਔਰ ਸਭ ਤੋਂ ਪਹਿਲੇ ਫਿਰ ਤੁਸੀਂ ਕੀ ਕਰਨਾ ਹੈ, ਰਜਿਸਟਰ ਨਾਓ ਦੇ ਉੱਪਰ ਕਲਿੱਕ ਕਰਨਾ ਹੈ। ਤੁਹਾਡੇ ਸਾਹਮਣੇ ਇਹ ਸਕਰੀਨ ਖੁੱਲ੍ਹ ਜਾਏਗੀ ਔਰ ਪੇਰੈਂਟ ਨੂੰ ਤੁਸੀਂ ਸਿਲੈਕਟ ਕਰਨਾ ਹੈ। ਦੂਸਰਾ ਆਪਸ਼ਨ ਸਕੂਲ ਦੇ ਸਟਾਫ ਵਾਸਤੇ ਹੈ, ਉਹ ਤੁਸੀਂ ਸਿਲੈਕਟ ਨਹੀਂ ਕਰੋਗੇ, ਉਸਨੂੰ ਸਿਰਫ ਸਕੂਲ ਦੇ ਟੀਚਰਸ ਹੀ ਕਰਨਗੇ। ਔਰ ਤੁਸੀਂ ਪੇਰੈਂਟਸ ਇਸ ਬਟਨ ਦੇ ਉੱਪਰ ਕਲਿੱਕ ਕਰਨਾ ਹੈ, ਪੇਰੈਂਟਸ ਨੂੰ ਸਿਲੈਕਟ ਕਰ ਲੈਣਾ ਹੈ। ਉਸ ਤੋਂ ਬਾਅਦ ਜੋ ਵੀ ਤੁਹਾਡਾ ਨੰਬਰ
ਸਕੂਲ ਦੇ ਵਿੱਚ ਰਜਿਸਟਰ ਹੈ ਉਹਨੂੰ ਤੁਸੀਂ ਇਸ ਬਾਕਸ ਦੇ ਵਿੱਚ ਭਰ ਦੇਣਾ ਹੈ। ਜਿਵੇਂ ਕਿ ਹੁਣ ਮੈਂ ਤੁਹਾਨੂੰ ਇੱਕ ਨੰਬਰ ਭਰ ਕੇ ਦਿਖਾਵਾਂਗਾ, ਤੁਸੀਂ ਬਿਲਕੁਲ ਉਸੇ ਤਰ੍ਹਾਂ ਕਰੋਗੇ। ਇਸ ਦੇ ਵਿੱਚ ਅਸੀਂ ਨੰਬਰ ਭਰਨ ਲੱਗੇ ਹਾਂ ਜੀ। ਅਸੀਂ ਇਸ ਨੰਬਰ ਨੂੰ ਭਰ ਲੈਣ ਤੋਂ ਬਾਅਦ ਅਸੀਂ ਕੀ ਕਰਾਂਗੇ, ਰਜਿਸਟਰ ਬਟਨ ਨੂੰ ਕਲਿੱਕ ਕਰਾਂਗੇ। ਇਹ ਹੈ ਰਜਿਸਟਰ ਬਟਨ। ਦੇਖੋ ਜੀ, ਮੈਸੇਜ ਆ ਚੁੱਕਿਆ ਹੈ ਉੱਪਰ। ਇਸ ਤਰ੍ਹਾਂ ਦਾ ਮੈਸੇਜ ਤੁਹਾਨੂੰ ਵੀ ਆਏਗਾ ਜਦੋਂ ਤੁਸੀਂ ਰਜਿਸਟਰ ਕਰੋਗੇ, ਔਰ ਇਹ ਮੈਸੇਜ ਤੁਹਾਨੂੰ ਦਿਖਾਏਗਾ ਸਕਸੈਸ। ਇਸ ਦੇ ਵਿੱਚ ਲਿਖਿਆ ਹੋਇਆ ਹੈ, ਲੌਗਇਨ ਡਿਟੇਲਸ ਸੈਂਡ ਸਕਸੈਸਫੁਲੀ ਔਨ ਰਜਿਸਟਰਡ ਮੋਬਾਈਲ। ਫਿਰ ਤੁਸੀਂ ਕੀ ਕਰਨਾ ਹੈ, ਇਸ ਨੂੰ ਇੱਥੋਂ ਕਲੋਜ਼ ਕਰਨਾ ਹੈ। ਇਸ ਤੋਂ ਬਾਅਦ ਇਹ ਸਕਰੀਨ ਤੋਂ ਤੁਸੀਂ ਬਾਹਰ ਜਾਣਾ ਹੈ। ਇੱਥੋਂ ਐਗਜ਼ਿਟ ਕਰਕੇ ਤੁਸੀਂ ਆਪਣਾ ਮੈਸੇਜ ਬਾਕਸ ਖੋਲ੍ਹਣਾ। ਮੈਸੇਜ ਬਾਕਸ ਦੇ ਵਿੱਚ ਤੁਸੀਂ ਦੇਖੋਗੇ ਇਸ ਤਰ੍ਹਾਂ ਸਭ ਤੋਂ ਟੌਪ 'ਤੇ ਤੁਹਾਡੇ ਕੋਲ ਇੱਕ ਮੈਸੇਜ ਆਇਆ ਹੋਏਗਾ। ਇਸ ਦੇ ਵਿੱਚ ਤੁਹਾਨੂੰ ਨੰਬਰ ਦਿਖਾਈ ਦੇ ਰਿਹਾ। ਇਸ ਤਰ੍ਹਾਂ ਇਹ ਮੈਸੇਜ ਆਏਗਾ ਜੋ ਕਿ ਤੁਹਾਨੂੰ ਆਕਸਫੋਰਡ ਵੱਲੋਂ ਆਏਗਾ। ਇਸ ਦੇ ਵਿੱਚ ਤੁਸੀਂ ਦੇਖੋਗੇ ਤੁਹਾਨੂੰ ਯੂਜ਼ਰ ਆਈ ਡੀ ਮਿਲੇਗੀ ਔਰ ਤੁਹਾਡਾ ਪਾਸਵਰਡ ਵਿੱਚ ਮਿਲ ਜਾਏਗਾ ਇਸਦੇ। ਇਸ ਨੂੰ ਤੁਸੀਂ ਨੋਟ ਕਰ ਲੈਣਾ, ਔਰ ਨੋਟ ਕਰਨ ਤੋਂ ਬਾਅਦ ਫਿਰ ਤੁਸੀਂ ਵਾਪਸ ਆਪਣੀ ਐਪ 'ਤੇ ਜਾਣਾ ਹੈ। ਇਹ ਤੁਸੀਂ ਦੇਖ ਰਹੇ ਹੋ ਅਸੀਂ ਵਾਪਸ ਐਪ 'ਤੇ ਆ ਗਏ ਹਾਂ। ਇਸ ਨੂੰ ਫਿਰ ਦੁਬਾਰਾ ਖੋਲ੍ਹਣਾ ਹੈ ਤੁਹਾਡੇ ਸਾਹਮਣੇ। ਇਸ ਦੇ ਵਿੱਚ ਉਹੀ ਯੂਜ਼ਰ ਨੇਮ ਜਿਹੜਾ ਹੈ ਆਪਾਂ ਭਰਾਂਗੇ ਜੋ ਸਾਨੂੰ ਆਇਆ ਹੈ। ਉਸ ਤੋਂ ਬਾਅਦ 'ਚ ਅੱਗੇ ਸਾਨੂੰ ਮੈਸੇਜ ਦੇ ਵਿੱਚ ਪਾਸਵਰਡ ਵੀ ਮਿਲਿਆ ਹੈ ਔਰ ਉਹ ਪਾਸਵਰਡ ਅਸੀਂ ਇੱਥੇ ਭਰਾਂਗੇ। ਫਿਰ ਇਸ ਨੂੰ ਅਸੀਂ ਸਾਈਨ ਇਨ ਕਰਾਂਗੇ। ਇਹ ਨੀਚੇ ਬਟਨ ਹੈ ਸਾਈਨ ਇਨ ਦਾ। ਸਾਈਨ ਇਨ ਹੋਣ ਤੋਂ ਬਾਅਦ ਦੇਖੋ ਇਹ ਸਾਡੀ ਐਪ ਜਿਹੜੀ ਹੈਗੀ ਹੈ ਸਾਈਨ ਇਨ ਹੋ ਚੁੱਕੀ ਹੈ। ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰੀ ਡਿਟੇਲ ਜਿਹੜੀ, ਇਸ ਤਰ੍ਹਾਂ ਕਰਕੇ ਬੱਚੇ ਦਾ ਐਡਮਿਸ਼ਨ ਨੰਬਰ, ਉਸਦੀ ਫੋਟੋ ਤੁਹਾਡੇ ਸਾਹਮਣੇ ਸ਼ੋਅ ਹੋ ਜਾਏਗੀ। ਇਸ ਦੇ ਵਿੱਚ ਸਾਰੀ ਪ੍ਰੋਫਾਈਲ ਤੁਹਾਡੀ ਸ਼ੋਅ ਹੋ ਜਾਏਗੀ, ਸਾਰੀ ਤੁਹਾਡੀ ਡਿਟੇਲ ਇਸ ਦੇ ਵਿੱਚ ਆ ਜਾਏਗੀ, ਤੁਸੀਂ ਦੇਖ ਸਕਦੇ ਹੋ। ਜੋ ਵੀ ਜਾਣਕਾਰੀ ਤੁਹਾਡੇ ਕੋਲ ਹੈ ਸਕੂਲ ਦੀ, ਅਟੈਂਡੈਂਸ ਤੁਸੀਂ ਦੇਖ ਸਕਦੇ ਹੋ, ਹੋਮਵਰਕ ਹੈ ਬੱਚੇ ਦਾ, ਟਾਈਮ ਟੇਬਲ ਹੈ, ਐਗਜ਼ਾਮੀਨੇਸ਼ਨ ਹੈ, ਡੇਟ ਸ਼ੀਟ ਹੈ, ਬੱਚੇ ਦਾ ਸਿਲੇਬਸ ਹੈ, ਗੇਟ ਪਾਸ ਹੈ, ਕੋਈ ਵੀ ਮੈਸੇਜ ਸਕੂਲ ਵੱਲੋਂ ਆਇਆ ਹੈ ਉਸ ਨੂੰ ਤੁਸੀਂ ਦੇਖ ਸਕਦੇ ਹੋ, ਫੀਸ ਦੇਖ ਸਕਦੇ ਹੋ ਇੱਥੇ। ਇਹ ਸਾਰੀਆਂ ਜਿਹੜੀਆਂ ਹੈਗੀਆਂ ਜਾਣਕਾਰੀਆਂ ਤੁਹਾਡੇ ਬੱਚੇ ਬਾਰੇ ਇਸ ਐਪ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ। ਉਸ ਤੋਂ ਬਾਅਦ ਸਾਰੀ ਇਸ ਤਰ੍ਹਾਂ ਦਾ ਇੰਟਰਫੇਸ ਤੁਹਾਡੇ ਸਾਹਮਣੇ ਆ ਜਾਏਗਾ। ਇਹ ਸਾਰੀ ਡਿਟੇਲ ਜਿਹੜੀ ਹੈਗੀ ਇਸ ਦੇ ਵਿੱਚ ਮਿਲੇਗੀ। ਜੇਕਰ ਫਿਰ ਵੀ ਤੁਹਾਨੂੰ ਕੋਈ ਸਮੱਸਿਆ ਆਵੇ ਜਾਂ ਇਸ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਕਿਸੇ ਵੀ ਕਿਸਮ ਦੀ ਸਮੱਸਿਆ ਦੇ ਲਈ, ਬੇਝਿਜਕ ਹੋ ਕੇ ਤੁਸੀਂ ਸਕੂਲ ਦੇ ਵਿੱਚ ਸੰਪਰਕ ਕਰ ਸਕਦੇ ਹੋ। ਤੁਹਾਡੀ ਸਮੱਸਿਆ ਦਾ ਹੱਲ ਇਸ ਐਪ ਬਾਰੇ ਪ੍ਰਸ਼ਨ ਦਾ ਉੱਤਰ ਜਿਹੜਾ ਹੈਗਾ ਬਹੁਤ ਜਲਦ ਦੇ ਦਿੱਤਾ ਜਾਵੇਗਾ। ਧੰਨਵਾਦ।